ਬਾਦਲ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਲੋਕਾਂ ਦੀ ਲੋੜ ਪੂਰੀ ਕਰ ਰਹੀ ਹੈ, ਪਰ ਉਸ ਨੂੰ ਪਟੜੀ ਤੇ ਲਿਆਉਣ ਦੇ ਲਈ ਪੰਜਾਬ ਸਰਕਾਰ ਉਸ ਦੀ ਕੀਮਤ ਵਧਾਉਣ ਤੇ ਵਿਚਾਰ ਕਰ ਰਹੀ ਹੈ। ਗਰੀਬ ਦੀ ਥਾਲੀ ਵਿੱਚ ਪਿਛਲੇ 1 ਸਾਲ ਤੋਂ ਆਟਾ ਤਾਂ ਬਰਾਬਰ ਹੀ ਜਾ ਰਿਹਾ ਹੈ, ਪਰ ਸੂਬਾ ਸਰਕਾਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਦੇ ਕਾਰਨ ਦਾਲ ਇੱਕ ਵਾਰ ਹੀ ਮਿਲ ਰਹੀ ਹੈ। ਕੈਪਟਨ ਦੇ ਸਰਕਾਰ ਆਉਣ ਤੋਂ ਬਾਅਦ ਦਾਲ ਦੀ ਕੀਮਤ ਹੁਣ 30 ਤੋਂ 40 ਰੁਪਏ ਕਰਕੇ ਗਰੀਬਾਂ ਨੂੰ ਨਿਯਮਿਤ ਤੌਰ ਤੇ ਦਾਲ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਬੇ ਵਿੱਚ ਚੱਲ ਰਹੇ ਨੀਲੇ ਕਾਰਡਾਂ ਦੇ ਤਹਿਤ 36,31,000 ਪਰਿਵਾਰ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਨੇ। ਕੇਂਦਰ ਦੇ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਕਣਕ ਜਾਂ ਨੀਲੇ ਕਾਰਡ ਧਾਰਕਾਂ ਨੂੰ ਵੰਡੀ ਜਾ ਰਹੀ ਹੈ, ਪਰ ਮਹਿੰਗੀ ਦਾਲ ਨਹੀਂ ਮਿਲ ਰਹੀ ਹੈ ਕਿਉਂਕਿ ਇਹ ਯੋਜਨਾ ਸੂਬਾ ਸਰਕਾਰ ਦੀ ਹੈ। ਪੰਜਾਬ ਸਰਕਾਰ ਨੂੰ ਨਿਯਮਿਤ ਵੰਡ ਦੇ ਲਈ 6800 ਟਨ ਪ੍ਰਤੀ ਮਹੀਨਾ ਲੋੜ ਹੁੰਦੀ ਹੈ। ਇਸ ਵਿੱਚ 30 ਰੁਪਏ ਤਾਂ ਲੋਕਾਂ ਤੋਂ ਲਏ ਜਾਂਦੇ ਨੇ, ਜਦਕਿ 50 ਰੁਪਏ ਲੋਕਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਪਿਛਲੇ ਸਾਲ ਦਾਲ ਦੀ ਕੀਮਤ ਵਧਣ ਦੇ ਕਾਰਨ ਸਿਰਫ ਇੱਕੋ ਹੀ ਵਾਰ ਦਾਲ ਵੰਡੀ ਗਈ ਸੀ। ਪੰਜਾਬ ਸਰਕਾਰ ਹੁਣ ਦਾਲ ਦੀ ਕੀਮਤ ਤੇ 50-50 ਫੀਸਦੀ ਔਸਤ ਰੱਖਣ ਤੇ ਵਿਚਾਰ ਕਰ ਰਹੀ ਹੈ, ਯਾਨੀ 50% ਹਿੱਸਾ ਕਾਰਡ ਧਾਰਕ ਦੇਵੇਗਾ ਤੇ 50% ਸਬਸਿਡੀ ਸਰਕਾਰ ਦੇਵੇਗੀ। ਅਜਿਹਾ ਕਰਨ ਦੇ ਨਾਲ ਸਰਕਾਰ ਤੇ ਸਬਸਿਡੀ ਦਾ ਬੋਝ ਘੱਟ ਹੋਵੇਗਾ, ਉੱਥੇ ਹੀ ਦੂਜੇ ਪਾਸੇ ਨਿਯਮਿਤ ਦਾਲ ਵੀ ਲੋਕਾਂ ਦੀ ਥਾਲੀ ਤੱਕ ਪਹੁੰਚ ਸਕੇਗੀ।